ਫੈਸਲਾ ਕਰ ਲਿਆ। ਉਸਤਾਦ ਜੀ ਮੈਂ ਇੱਕ ਜਗ੍ਹਾ 'ਤੇ ਪੁੱਛਿਆ, ਮੈਂ ਕਿਹਾ ਕਲਾਮ ਉਰਦੂ ਸੁਣੋਗੇ ਇੱਕ ਪੰਜਾਬੀ? ਉੱਥੇ ਬਿਲਕੁਲ ਕਿਸੇ ਬੰਦੇ ਦੀ ਆਵਾਜ਼ ਨਾ ਆਈ। ਮੈਂ ਖੁਦ ਡੋਕਰ ਸਾਹਿਬ ਪਰੇਸ਼ਾਨ ਹੋ ਗਿਆ, ਮੈਂ ਕੀ ਹੁਣ ਫੈਸਲਾ ਕਰਾਂ ਕਿਹੜਾ ਕਲਾਮ ਪੜ੍ਹਾਂ। ਥੋੜ੍ਹੀ ਦੇਰ ਤੋਂ ਬਾਅਦ ਇੱਕ ਬੰਦਾ ਵਿੱਚ ਬੋਲ ਹੀ ਪਿਆ, ਉਹ ਕਹਿੰਦਾ ਵੀ ਮਿਕਸ ਕਰ ਲਓ ਮਿਕਸ। ਮੈਂ ਕਿਹਾ ਵੀ ਆਊ ਤਾਂ ਕਰਨਾ ਟੋਲ ਦਾ ਜ਼ਰਤੀ, ਮੈਂ ਖੜ੍ਹਦੀ ਬੋਲੀ। ਮੈਂ ਪੁੱਛਿਆ ਵੀ ਸਮਝ ਆਈ? ਕਹਿੰਦਾ ਮੈਨੂੰ ਨਹੀਂ ਆਈ। ਮੈਂ ਕਿਹਾ ਯਾਰ ਮੈਨੂੰ ਖੁਦ ਨਹੀਂ, ਤੈਨੂੰ ਕਿਵੇਂ ਜਾਣੀ ਹੈ? ਤੈਨੂੰ ਕਿਹਨੇ ਕਿਹਾ ਸੀ ਮਿਕਸ ਕਰਵਾ? ਅਤੇ ਇਹ ਮਾਸ਼ਾਅੱਲਾ ਤੁਸੀਂ ਅੱਛਾ ਫੈਸਲਾ ਕੀਤਾ, ਪੰਜਾਬੀ ਦਾ ਕਲਾਮ ਅਤੇ ਬੜੀ ਮੁਹੱਬਤ ਨਾਲ ਸੁਣਨਾ, ਬੜੀ ਤਵੱਜੋ ਧਿਆਨ ਦੇ ਨਾਲ ਸੁਣਨਾ। ਥੋੜ੍ਹੀ ਜਿਹੀ ਇਹਦੇ ਪਸੇ ਮੰਜ਼ਰ ਇੱਕ ਛੋਟੀ ਜਿਹੀ ਗੱਲ ਕਹਿ ਲਵਾਂ। ਪਿਆਰੇ ਮਹਿਬੂਬ ਨਬੀ ਅਲੈਹਿ ਸਲਾਤੋ ਸਲਾਮ ਦੀ ਆਮਨਾ ਦੇ ਲਾਲ ਦੀ, ਦੁਰੇ ਯਤੀਮ ਪੈਗੰਬਰ ਦੀ ਵਿਲਾਦਤ ਬਾਸ ਆਦਤ ਹੋਈ, ਅੰਮਾ ਹਲੀਮਾ ਆਈਆਂ। ਮੈਂ ਬੜੀ ਇਖਤਸਾਰ ਦੇ ਨਾਲ ਸ਼ਾਰਟ ਜੀ ਗੱਲ ਕਹਿਣ ਲੱਗਾ ਵਾਂ। ਅੰਮਾ ਹਲੀਮਾ ਆਈਆਂ, ਪਿਆਰੇ ਮਹਿਬੂਬ ਨੂੰ ਚੁੱਕਿਆ, ਸੀਨੇ ਨਾਲ ਲਗਾਇਆ, ਬੋਸਾ ਲਾਇਆ ਅੱਖਾਂ ਦਾ, ਪਿਸ਼ਾਨੀ ਦਾ, ਹਾਂਜੀ ਰੁਖਸਾਰਾਂ ਦਾ, ਹੋਂਟਾਂ ਦਾ ਬੋਸਾ ਲੈਣ ਤੋਂ ਬਾਅਦ ਇਹ ਅੰਮਾ ਹਲੀਮਾ ਲੈ ਕੇ ਆਪਣੇ ਘਰ ਪਹੁੰਚ ਗਈਆਂ। ਹੁਣ ਥੋੜ੍ਹਾ ਜਿਹਾ ਜਾਗ ਪਾਓ, ਵਾਹਵਾ ਦੇਰ ਹੋ ਗਈ, ਮੈਨੂੰ ਵੀ ਹੋਰ ਲਾਉਂਦਿਆਂ, ਹੁਣ ਥੋੜ੍ਹਾ ਜਿਹਾ ਜਾਗ ਭੋਲ ਲਾ ਤੁਹਾਡੀ ਹਯਾਤੀ ਕਰੇ। ਸੁਣਨਾ, ਉੱਥੇ ਲੈ ਕੇ ਜਦੋਂ ਪਹੁੰਚ ਗਈਆਂ ਤਾਂ ਪੂਰੀ ਉਸ ਆਬਾਦੀ ਦੇ ਅੰਦਰ, ਉਸ ਇਲਾਕੇ ਦੇ ਅੰਦਰ ਇੱਕ ਆਵਾਜ਼ ਲੱਗਣਾ ਸ਼ੁਰੂ ਹੋ ਗਈ। ਇਹ ਭੈਣਾ ਤੈਨੂੰ ਪਤਾ ਕੀ ਸੁਣਿਆ? ਹਲੀਮਾ ਦੇ ਘਰ ਇੱਕ ਲਾਲ ਆਇਆ। ਹੁਣ ਨਾਲ ਵਾਲੇ ਦੀਵਾਨੇ ਪਰਵਾਨੇ 'ਤੇ ਨਜ਼ਰ ਰੱਖਣਾ, ਇਹਨੂੰ ਹਾਲੇ ਕਾਹਦੇ ਲਈ ਥਕਾਵਟ ਚੜ੍ਹੀ ਹੈ, ਮੁਹੱਬਤ ਨਾਲ ਅਗਲੀ ਗੱਲ ਸੁਣ ਕੇ ਜਵਾਬ ਦੇਣਾ। ਇਹ ਹਲੀਮਾ ਦੇ ਘਰ ਇੱਕ ਲਾਲ ਆਇਆ, ਸੁਣਿਆ ਆਮਨਾ ਦਾ ਬਾਲ ਆਇਆ। ਅੱਛਾ, ਅਤੇ ਇੱਕ ਬੁੱਢੜੀ ਅੰਮਾ ਡੋਗਰ ਸਾਹਿਬ ਇਹ ਹੱਥ 'ਚ ਲਾਠੀ ਫੜੀ, ਟੁਰ ਪਈ ਬਾਹਰ ਨੂੰ, ਅਤੇ ਚਲਦੇ ਚਲਦੇ ਨਾਲ ਵਾਲੀ ਦਾ ਦਰਵਾਜ਼ਾ ਖੜਕਾਇਆ। ਉਹਨੇ ਕਿਹਾ ਪੁੱਛੋ ਕੌਣ? ਕਹਿੰਦੀ ਭੈਣਾ ਦਰਵਾਜ਼ਾ ਖੋਲ। ਉਹ ਅੰਮਾ ਤੂੰ ਕਿੱਧਰ? ਖੈਰ ਨਾਲ ਭੈਣਾ, ਤੈਨੂੰ ਪਤਾ ਚੱਲਿਆ ਕੀ ਹਲੀਮਾ ਦੇ ਘਰ ਇੱਕ ਲਾਲ ਆਇਆ? ਅੱਛਾ, ਉਹ ਫਲਾਣੀ ਨੂੰ ਪਤਾ ਲੱਗ ਗਿਆ, ਫਲਾਣੀ ਨੂੰ, ਫਲਾਣੀ ਨੂੰ। ਤਕਰੀਬਨ 8-10 ਬੀਬੀਆਂ ਇਕੱਠੀਆਂ ਹੋ ਗਈਆਂ। ਇਕੱਠੀਆਂ ਹੋਣ ਤੋਂ ਬਾਅਦ ਨਾ ਸਾਰੀਆਂ ਜਦੋਂ ਆਈਆਂ ਅੰਮਾ ਦੇ ਕੋਲ, ਅੰਮਾ ਹੋਣ ਦੱਸ ਕੀ ਗੱਲ ਕਹਿਣ ਡੀ ਸੀ, ਅਤੇ ਅੰਮਾ ਹੋਣ ਬੋਲੀ ਤਾਂ ਜ਼ਰਾ ਤਵੱਜੋ ਨਾਲ ਸੁਣਿਆ ਅੰਮਾ ਕੀ ਕਹਿਣ ਲੱਗੀ ਤਵੱਜੋ ਨਾਲ। ਹਾਂ ਆਇਆ ਇੱਕ ਲਾਲ ਸਾਦੀਆਂ ਦੇ ਘਰ ਵੇਖਣ ਤੇ ਚੱਲੇ, ਆਇਆ ਇੱਕ ਲਾਲ ਸਾਦੀਆਂ ਦੇ ਘਰ ਵੇਖਣ ਤੇ ਚੱਲੀਏ, ਆਇਆ ਇੱਕ ਲਾਲ ਸਾਦੀਆਂ ਦੇ ਘਰ ਵੇਖਣ ਤੇ ਚੱਲੀਏ, ਆਇਆ ਇੱਕ ਲਾਲ ਸਾਦੀਆਂ ਦੇ ਘਰ ਵੇਖਣ ਤੇ ਚੱਲੀਏ, ਆਇਆ ਇੱਕ ਲਾਲ ਸਾਦੀਆਂ ਦੇ ਘਰ ਵੇਖਣ ਤੇ ਚੱਲੀਏ, ਆਓ ਮੇਰੇ ਨਾਲ ਸਾਦੀਆਂ ਦੇ ਘਰ ਵੇਖਣ ਤੇ ਚੱਲੀਏ। ਸਾਰੀਆਂ ਇਕੱਠੀਆਂ ਹੋ ਕੇ, ਸਾਰੀਆਂ ਇਕੱਠੀਆਂ ਹੋ ਕੇ ਮਿਲ ਕੇ ਕਹਿਣ ਲੱਗੀਆਂ ਅੰਮਾ ਤੂੰ ਵੇਖਿਆ ਕਿ ਨਹੀਂ ਵੇਖਿਆ? ਜ਼ਰਾ ਅੰਮਾ ਬੋਲ ਪਈਆਂ। ਅੰਮਾ ਕਹਿੰਦੀਆਂ ਵੇਖਿਆ ਤੇ ਮੈਂ ਵੀ ਕੋਈ ਨਹੀਂ, ਮੈਂ ਵੀ ਸੁਣ ਬੈਠੀਆਂ ਤੇ ਤਵੱਜੋ ਕਰਨਾ ਸਟੇਜ ਤੇ ਬੈਠੇ ਹੋਏ ਆਪਣੇ ਦੋਸਤ ਅਹਬਾਬ, ਖਸੂਸਨ ਇਹਨਾਂ ਨੌਜਵਾਨ ਉਲਮਾ ਦੀ ਮੁਹੱਬਤ ਚਾਹੁੰਦੇ ਹੋ, ਅਗਲਾ ਸ਼ੇਰ ਪੜਾਂ ਤੁਹਾਡੀ ਸੁਭਾਨ ਅੱਲਾ ਦੀ ਛੱਲ ਹੈ ਤਾਂ ਕਿ ਅੱਗੇ ਸੋਹਣੀ ਜੀ ਗੱਲ ਹੈ, ਤਵੱਜੋ ਦੇਣਾ। ਅੰਮਾ ਬੋਲ ਪਈਆਂ, ਅੰਮਾ ਕਹਿੰਦੀਆਂ ਨੇ ਸੁਣਿਆ ਮੈਂ ਵੇਖਿਆ ਤੇ ਮੈਂ ਵੀ ਕੋਈ ਨਹੀਂ, ਸੁਣਿਆ ਕੀ ਹੈ ਜ਼ਰਾ ਉਹ ਤਵੱਜੋ ਨਾਲ ਸੁਣਨਾ। ਸੁਣਿਆ ਏ ਹੱਸਦਾ ਤੇ, ਸੁਣਿਆ ਏ ਹੱਸਦਾ ਤੇ, ਸੁਣਿਆ ਏ ਹੱਸਦਾ ਤੇ ਦਿਨ ਚੜ੍ਹ ਜਾਂਦਾ ਹੈ, ਸੁਣਿਆ ਏ ਹੱਸਦਾ ਤੇ ਦਿਨ ਚੜ੍ਹ ਜਾਂਦਾ ਹੈ, ਸੁਣਿਆ ਏ ਹੱਸਦਾ ਤੇ ਦਿਨ ਚੜ੍ਹ ਜਾਂਦਾ ਹੈ, ਉਂਗਲੀ ਹਿਲਾ ਕੇ ਤੇ ਚੰਨ ਨੂੰ ਹਿਲਾਉਂਦਾ, ਉਂਗਲੀ ਹਿਲਾ ਕੇ ਤੇ ਚੰਨ ਨੂੰ ਹਿਲਾਉਂਦਾ ਹੈ, ਉਂਗਲੀ ਹਿਲਾ ਕੇ ਤੇ ਚੰਨ ਨੂੰ ਹਿਲਾਉਂਦਾ ਹੈ। ਐਸਾ ਬਾ ਕਮਾਲ ਸਾਦੀਆਂ ਦੇ ਘਰ ਵੇਖਣ ਤੇ ਚੱਲੀਏ, ਆਓ ਮੇਰੇ ਨਾਲ ਸਾਦੀਆਂ ਦੇ ਘਰ ਵੇਖਣ ਤੇ ਚੱਲੀਏ, ਆਇਆ ਇੱਕ ਲਾਲ ਸਾਦੀਆਂ ਦੇ ਘਰ ਵੇਖਣ ਤੇ ਚੱਲੀਏ, ਆਓ ਮੇਰੇ ਨਾਲ। ਬੋਲ ਪਈਆਂ, ਬੋਲ ਪਈਆਂ, ਬੋਲ ਕੇ ਕਹਿਣ ਲੱਗੀਆਂ ਅੰਮਾ ਤੂੰ ਤੇ ਸੀਨੇ 'ਚ ਠੰਡ ਪਾ ਦਿੱਤੀ, ਸੋਹਣੇ ਦੀ ਕੋਈ ਹੋਰ ਸੋਹਣੀ ਜੀ ਗੱਲ ਸੁਣਾ ਨਜ਼ਰ ਆ, ਤਵੱਜੋ ਨਾਲ ਸੁਣਨਾ। ਅੰਮਾ ਨੇ ਦੂਜੀ ਗੱਲ ਕੀਤੀ, ਸੁਣਿਆ ਏ ਉਹਦੇ ਅੱਗੇ ਰੁੱਖ ਝੁੱਕ ਜਾਂਦਾ ਏ। ਯਾਰ ਰੁੱਖ ਸਮਝਦੇ ਨਾ ਰੁੱਖ, ਡੋਗਰ ਸਾਹਿਬ ਮੈਂ ਗਿਆ ਇਹਨਾਂ ਦੇ ਅਕਾਰੀ ਸ਼ਹੀਦ ਉਲ ਹੱਕ ਸਾਹਿਬ ਨੀ, ਇਹਨਾਂ ਦੇ ਉਹ ਪਹਾੜੀ ਇਲਾਕੇ 'ਚ, ਤੇ ਮੈਂ ਉੱਥੇ ਪੁੱਛਿਆ, ਮੈਂ ਕਿਹਾ ਵੀ ਰੁੱਖ ਸਮਝਦੇ ਰੁੱਖ? ਤੇ ਅੱਗੋਂ ਇੱਕ ਵਿੱਚੋਂ ਬਜ਼ੁਰਗ ਬੋਲੇ, ਕਹਿੰਦੇ ਨੇ ਅਸਾਂ ਕਿ ਇੱਥੇ ਰੁੱਖ ਆਖਣੇ ਆ, ਜਿਹੜਾ ਬਹੁ ਲੰਬਾ ਦਰਖਤ ਹੁੰਦਾ ਨਾ ਉਸ ਕੀ ਆਖਣੇ ਆ, ਬਹੁ ਲੰਬਾ ਜਿਹੜਾ ਸਾਰਿਆਂ ਨੂੰ ਵੱਡਾ ਜਣਾ ਤਕੜਾ ਦਰਖਤ ਹੁੰਦਾ ਨਾ ਉਸ ਕੀ ਆਖਣੇ ਆ ਰੁੱਖ? ਤੇ ਬੜੀ ਮੁਹੱਬਤ ਨਾਲ ਸੁਣਨਾ ਰੁੱਖ ਦੀ ਗੱਲ ਲਈ, ਤੇ ਇੱਥੇ ਕਹਿੰਦਾ ਜਾਵਾਂ ਸ਼ਾਇਰ ਪੜ੍ਹਦਾ ਪਿਆ ਸੀ ਡੋਗਰ ਸਾਹਿਬ,
ਪੜਦੇ ਪੜਦੇ ਉਹਦੀ ਨਜ਼ਰ ਪਈ ਹਕੀਮ ਨਹੀਂ ਮੁੱਲਾ ਸਾਹਿਬ, ਉਹਨੂੰ ਸਮਝ ਨਹੀਂ ਲੱਗੀ ਅੱਗੇ ਕੀ ਸ਼ੈ ਵੇ, ਤੇ ਵੇਖ ਕੇ ਕਹਿੰਦੇ ਕਿੱਕਰਾਂ ਤੇ ਫੁੱਲ ਕੋਈ ਨਹੀਂ। ਚੁੱਪ ਰਹਿਣ ਵਾਲੀ ਗੱਲ ਕੋਈ ਨਹੀਂ, ਅਗਲੀ ਸੁਣਨ ਤੋਂ ਬਾਅਦ ਫੈਸਲਾ ਖੁਦ ਕਰਨਾ। ਕਹਿੰਦਾ ਕਿੱਕਰਾਂ ਤੇ ਫੁੱਲ ਕੋਈ ਨਹੀਂ, ਹਲੀਮਾ ਤੇ ਹਲੀਮਾ ਉਹਦੀ ਡਾਚੀ ਦਾ ਵੀ ਮੁੱਲ ਕੋਈ ਨਹੀਂ। ਸੁਣਿਆ ਏ ਉਹਦੇ ਅੱਗੇ ਰੁੱਖ ਝੁੱਕ ਜਾਂਦਾ ਏ, ਸੁਣਿਆ ਏ ਉਹਦੇ ਅੱਗੇ ਰੁੱਖ ਝੁੱਕ ਜਾਂਦਾ ਏ, ਸੁਣਿਆ ਏ ਉਹਦੇ ਅੱਗੇ ਰੁੱਖ ਝੁੱਕ ਜਾਂਦਾ ਏ, ਜਿਸ ਵੇਲੇ ਰੁਕਦਾ ਏ ਜ਼ਮਾਨਾ ਰੁਕ ਜਾਂਦਾ ਏ, ਜਿਸ ਵੇਲੇ ਰੁਕਦਾ ਏ ਜ਼ਮਾਨਾ ਰੁਕ ਜਾਂਦਾ ਏ, ਜਿਸ ਵੇਲੇ ਰੁਕਦਾ ਏ ਜ਼ਮਾਨਾ ਰੁਕ ਜਾਂਦਾ ਏ। ਇੰਨੀ ਸੋਹਣੀ ਚਾਲ ਸਾਦੀਆਂ ਦੇ ਘਰ ਵੇਖਣ ਤੇ ਚੱਲੀਏ, ਆਓ ਮੇਰੇ ਨਾਲ ਸਾਦੀਆਂ ਦੇ ਘਰ ਵੇਖਣ ਤੇ ਚੱਲੀਏ, ਆਇਆ ਇੱਕ ਲਾਲ ਸਾਦੀਆਂ ਦੇ ਘਰ ਵੇਖਣ ਤੇ ਚੱਲੀਏ, ਸੁਣਿਆ ਏ ਦੁਨੀਆਂ ਤੇ ਉਹਦਾ ਕੋਈ ਜੋੜ ਨਹੀਂ, ਸੁਣਿਆ ਏ ਦੁਨੀਆਂ ਤੇ ਉਹਦਾ ਕੋਈ ਜੋੜ ਨਹੀਂ, ਸੁਣਿਆ ਜ਼ਮਾਨੇ ਤੇ ਉਹਦਾ ਕੋਈ ਤੋੜ ਨਹੀਂ। ਇਹ ਮਾਸਟਰ ਸ਼ੁਕਰਉਦੀਨ ਸਾਹਿਬ, ਉਹ ਮਾਸ਼ਾਅੱਲਾ ਅੱਜ ਦੇ ਮਹਿਮਾਨਾਂ ਦੇ ਮੇਜ਼ਬਾਨ ਸਨ। ਅੱਲਾ ਉਹਨਾਂ ਨੂੰ ਜਜ਼ਾਏ ਖੈਰ ਅਤਾ ਫਰਮਾਏ, ਅੱਲਾ ਉਹਨਾਂ ਬਜ਼ੁਰਗਾਂ ਦੇ ਦਰਜਾਤ ਬੁਲੰਦ ਫਰਮਾਏ। ਅਤੇ ਹੁਣ ਇਸ ਨੁੱਕਰ ਤੋਂ ਮੈਂ ਥੋੜ੍ਹੀ ਜਿਹੀ ਆਵਾਜ਼ ਇੱਕ ਵਾਰੀ ਸੁਣਨਾ ਚਾਹ ਰਿਹਾ। ਉਹ ਕਿਹੜੀ ਭਲਾ ਜਿਬਰਾਈਲ ਕਿਹਾ ਕੀ ਸਿਫਤ ਕਰਾਂ, ਤੁਸੀਂ ਹੁਸਨ ਦਾ ਹੁਸਨ ਜਮਾਲ ਹੋ, ਤੁਸੀਂ ਚੰਨ ਹੋ ਪਾਕ ਅਬਦੁੱਲਾ ਦੀ, ਤੁਸੀਂ ਆਮ ਨਾ ਪਾਕ ਦੇ ਲਾਲ, ਤੁਸੀਂ ਚੰਨ ਹੋ ਪਾਕ ਅਬਦੁੱਲਾ ਦੀ, ਤੁਸੀਂ ਆਮ ਨਾ ਪਾਕ ਦੇ ਲਾਲ ਹੋ। ਮੱਕੇ ਤੋਂ ਸ਼ੁਕਰੇ ਸਿਧਰਾ ਤਈ ਤੁਸਾਂ ਰਹਿ ਜੋ ਸਾਡੇ ਨਾਲ ਹੋ, ਮੇਰੀ ਅੱਖ ਨੇ ਸੋਹਣੇ ਕਈ ਵੇਖਿਲ, ਤੁਸੀਂ ਆਪਣੀ ਆਪ ਮਿਸਾਲ ਹੋ। ਸੁਣਿਆ ਏ ਦੁਨੀਆਂ ਤੇ ਉਹਦਾ ਕੋਈ ਜੋੜ ਨਹੀਂ, ਸੁਣਿਆ ਜ਼ਮਾਨੇ ਤੇ ਉਹਦਾ ਕੋਈ ਤੋੜ ਨਹੀਂ, ਸੁਣਿਆ ਜ਼ਮਾਨੇ ਤੇ ਉਹਦਾ ਕੋਈ ਤੋੜ ਨਹੀਂ। ਐਸਾ ਬੇਮਿਸਾਲ ਸਾਦੀਆਂ ਦੇ ਘਰ ਵੇਖਣ ਤੇ ਚੱਲੀਏ, ਆਓ ਮੇਰੇ ਨਾਲ ਸਾਦੀਆਂ ਦੇ ਘਰ ਵੇਖਣ ਤੇ ਚੱਲੀਏ, ਆਇਆ ਇੱਕ ਲਾਲ ਸਾਦੀਆਂ ਦੇ ਘਰ ਵੇਖਣ ਤੇ ਚੱਲੀ। ਡੋਗਰ ਸਾਹਿਬ, ਹੁਣ ਮੈਂ ਗੱਲ ਕੀਤੀ ਸੀ ਨਾ ਕਿ ਜਿਸ ਵੇਲੇ ਰੁਕਦਾ ਹੈ ਜ਼ਮਾਨਾ ਰੁਕ ਜਾਂਦਾ ਹੈ, ਕਾਰੀ ਅਲੀ ਮੁਆਵੀਆ ਸਾਹਿਬ, ਜਿਸ ਵੇਲੇ ਰੁਕਦਾ ਹੈ ਜ਼ਮਾਨਾ ਰੁਕ ਜਾਂਦਾ ਹੈ, ਤੇ ਇੱਥੇ ਉਸਤਾਦ ਜੀ ਮੈਨੂੰ ਇੱਕ ਗੱਲ ਯਾਦ ਆ ਰਹੀ ਸੀ, ਉਹ ਕਾਰੀ ਸਮੀਉੱਲਾ ਇੱਧਰ ਆ ਯਾਰ, ਇੱਥੇ ਆ ਗਈ ਯਾਰ, ਇੱਥੇ ਇੱਥੇ। ਪਿਆਰੇ ਮਹਿਬੂਬ ਨਬੀ ਅਲੈਹਿ ਸਲਾਤੁ ਸਲਾਮ ਮਿਹਰਾਜ ਦੀ ਰਾਤ ਜਦੋਂ ਤਸ਼ਰੀਫ ਲੈ ਗਏ ਨਾ, ਵਾਪਸ ਆਉਣ ਤੱਕ ਪੂਰੀ ਕਾਇਨਾਤ ਦਾ ਨਿਜ਼ਾਮ ਰੁਕ ਗਿਆ ਸੀ। ਤੈਨੂੰ ਮੈਂ ਇੱਥੇ ਚੁੱਪ ਰਹਿਣ ਨਹੀਂ ਬੁਲਾਇਆ, ਉੱਚੀ ਬੋਲਣਾ। ਪੂਰੀ ਕਾਇਨਾਤ ਦਾ ਨਿਜ਼ਾਮ ਥੰਮ ਗਿਆ ਸੀ, ਜਾਮ ਹੋ ਗਿਆ ਸੀ, ਰੁਕ ਗਿਆ ਸੀ। ਹੁਣ ਤਵੱਜੋ ਦੇਣਾ, ਰੱਬੇ ਜ਼ੁਲ ਜਲਾਲ ਨੇ ਫਰਮਾਇਆ ਕਾਇਨਾਤ, ਜੀ ਰੱਬੇ ਜ਼ੁਲ ਜਲਾਲ, ਤੂੰ ਆਪਣੀ ਗਰਦਿਸ਼ ਚ ਰਹੇ, ਤੂੰ ਕਿਉਂ ਰੁਕ ਗਈ ਹੈ, ਤੂੰ ਕਿਉਂ ਜਾਮ ਹੋ ਗਈ ਹੈ, ਤੂੰ ਕਿਉਂ ਥੰਮ ਗਈ ਹੈ। ਸੁਣੀਓ ਜ਼ਰਾ ਤਵੱਜੋ ਨਾਲ ਸੁਣਨਾ ਗੱਲ ਕੀ ਕਹਿਣ ਲੱਗਾ ਵਾਂ। ਕੀਤੀ ਅਰਜ਼ ਕਾਇਨਾਤ ਖੁਦਾ ਅੱਗੇ, ਕੀਤੀ ਅਰਜ਼ ਕਾਇਨਾਤ ਖੁਦਾ ਅੱਗੇ, ਮੇਰਾ ਮਾਨ ਤੇ ਵਾਪਸ ਕਰ ਜਾ, ਜਿਹਨੂੰ ਆਪ ਬਣਾਇਆ ਨਬੀਆਂ ਦਾ ਸੁਲਤਾਨ ਤੇ ਵਾਪਸ ਕਰ ਜਾ, ਉਹ ਜਿਹਨੂੰ ਆਪ ਬਣਾਇਆ ਨਬੀਆਂ ਦਾ ਸੁਲਤਾਨ ਤੇ ਵਾਪਸ ਕਰ ਜਾ। ਤੂੰ ਹਾਕਿਮ ਸਾਰੇ ਹਾਕਿਮਾਂ ਦਾ, ਤੂੰ ਹਾਕਿਮ ਸਾਰੇ ਹਾਕਿਮਾਂ ਦਾ, ਮੇਰਾ ਸ਼ਾਨ ਤੇ ਵਾਪਿਸ ਕਰ ਜਾ, ਮੈਂ ਚੱਲ ਪਉਸਾ ਬਸ ਇੱਕ ਵਾਰੀ, ਮੇਰੀ ਜਾਨ ਤੇ ਵਾਪਿਸ ਕਰ ਜਾ, ਮੈਂ ਚੱਲ ਪਉਸਾ ਬਸ ਇੱਕ ਵਾਰੀ, ਮੇਰੀ ਜਾਨ ਤੇ ਵਾਪਿਸ ਕਰ ਜਾ। ਸੁਣਿਆ ਉਹਦੇ